ਤੁਹਾਡੀ ਮਾਂ ਦੀਆਂ ਵੀਡੀਓਜ਼ ਬਹੁਤ ਵਾਇਰਲ ਹੋਈਆਂ ਸੀ ਜਦੋਂ ਉਹਨਾਂ ਨੇ ਹੱਥ 'ਚ ਫੋਟੋ ਫੜੀ ਹੋਈ ਸੀ ਤੁਹਾਡੀ ਜ਼ਿੰਦਗੀ ਦੀ ਮੰਗ ਕਰ ਰਹੇ ਸੀ ਅਸਲ 'ਚ ਉੱਥੇ ਹੁੰਦਾ ਕੀ ਆ ਸਾਂਸ ਤੋਂ ਬਿਨਾ ਮੈਂ ਗੱਡੀ ਤੇ ਜੀ ਬੈਠ ਗਿਆ ਸੀ ਕਿਹਾ ਠੀਕ ਹੈ ਜੀ ਕੰਪਨੀ ਕਹਿੰਦੇ ਬਾਅਦ 'ਚ ਨੂੰ ਵੀ ਛੜਾ ਲਾਂਗੇ ਵੀ ਇਦਾਂ ਗੱਲਬਾਤ ਹੋਈ ਸੀਗੀ ਤੇ ਬਾਅਦ 'ਚ ਕਹਿੰਦੇ ਵੀ ਅੱਜ ਛੁਡਾਉਣੇ ਆ ਸਵੇਰੇ ਛੁਡਾਉਣੇ ਆ ਇਹਦੇ ਕਰਕੇ ਜੀ ਮੇਰੇ 4 ਸਾਲ ਲੰਘੇ ਜੀ ਠੀਕ ਹੈ ਜੀ ਮੇਰੀ ਕੋਈ ਮੁੜ ਕੇ ਮਦਦ ਨਹੀਂ ਹੋ ਰਹੀ ਸੀਗੀ ਤੇ ਮੁੜ ਕੇ ਸਾਰੇ ਭਰਾਵਾਂ ਨਾਲ ਮਿਲਿਆ ਜੀ ਤੇ ਨੇਕਰ ਗਰੁੱਪ ਨਾਲ ਜੀ ਠੀਕ ਹੈ ਜੀ ਉਹਨਾਂ ਭਰਾਵਾਂ ਨੇ ਮੇਰੀ ਬਾਹ ਫੜੀ ਆ ਤੇ 4 ਸਾਲਾਂ ਬਾਅਦ ਮੈਨੂੰ ਜੀ ਜੇਲ੍ਹ ਦੇ ਵਿੱਚੋਂ ਕਢਾਇਆ ਜੀ ਇਹਨਾਂ ਸਾਰੇ ਭਰਾਵਾਂ ਨੇ ਮਿਲ ਕੇ ਮੇਰੀ ਜੀ 4 ਸਾਲਾਂ ਬਾਅਦ ਮਦਦ ਕੀਤੀ ਆ ਜੀ ਤੇ ਇਹਨਾਂ ਨੂੰ ਪਤਾ ਲੱਗਿਆ ਜੀ ਇੰਡੀਆ ਦਾ ਮੁੰਡਾ ਸਰਦਾਰ ਫਸਿਆ ਜੀ ਇਹਦੇ ਕਰਕੇ ਇਹਨਾਂ ਨੇ ਪੈਸਿਆਂ ਦਾ ਪ੍ਰਬੰਧ ਕੀਤਾ ਬੜੀ ਜਲਦੀ ਨਾਲ ਤੇ ਮੈਨੂੰ ਬਾਹਰ ਕਢਵਾਇਆ ਜੀ ਬਿਨਾਂ ਲਾਇਸੈਂਸ ਤੋਂ ਕਿਸੇ ਬੰਦੇ ਨੂੰ ਉੱਥੇ ਟਰੱਕ ਤੇ ਨਹੀਂ ਚੜਨਾ ਚਾਹੀਦਾ ਨੁਕਸਾਨ ਅੰਗ ਦਾ ਅੰਗ ਕੱਟਣ ਦਾ ਆਰਡਰ ਕਰਤਾ ਸੀ ਜੀ ਲੱਤ ਦੇ ਲੱਤ ਇਹਦੀ ਕੱਟ ਦੇਣੀ ਸੀ ਜੇਕਰ ਨਾ ਇੱਥੇ ਪੈਸਿਆਂ ਦਾ ਇੰਤਜ਼ਾਮ ਕੋਈ ਬਣਦਾ ਸੋ ਇੱਕ ਗਵਰਨਮੈਂਟ ਨੇ 1,92,000 ਰਿਆਲ ਸੀ ਜਿਹੜੀ ਅਮਾਊਂਟ ਡਿਸਾਈਡ ਕਰਤੀ ਸੀਗੀ ਔਰ ਉਹ ਸਾਨੂੰ ਦੇਣੀ ਔਖੀ ਸੀਗੀ ਲੇਕਿਨ ਜ਼ਿਆਦਾ ਸੀਗੀ ਲੇਕਿਨ ਚਲੋ ਉਹਨਾਂ ਨੇ ਕੰਪਰੋਮਾਈਜ਼ ਕਰਕੇ ਅਸੀਂ 50,000 ਰਿਆਲ ਦਿੱਤਾ ਸੋ ਇਹ ਗਲਤ ਹੈ ਕਿ ਅੰਗ ਦੇ ਬਦਲੇ ਅੰਗ ਇਸ ਤਰ੍ਹਾਂ ਨਹੀਂ ਹੈ ਪੂਰੀ ਤੁਸੀਂ ਮੰਸ਼ਾ ਦੇ ਨਾਲ ਅਗਰ ਤੁਸੀਂ ਕਤਲ ਕਰ ਰਹੇ ਹੋ ਤਾਂ ਉਹ ਹੈ ਉੱਥੇ ਦਾ ਕਾਨੂੰਨ ਹੈ ਕਿ ਉਹ ਖੂਨ ਦੇ ਬਦਲੇ ਖੂਨ ਤੁਹਾਡਾ ਹੋਏਗਾ ਬਲੱਡ ਮਨੀ ਦੇ ਕੇ ਆਏ ਹੋ ਜ਼ਰਾ ਦੱਸੋ ਵੀ ਹੋਇਆ ਕੀ ਫਿਰ ਸਾਹਮਣੀ ਪਾਰਟੀ ਨੂੰ ਪੈਸੇ ਦਿੱਤੇ ਕੀ ਚੱਕਰ ਕੀ ਸੀ 1,92,000 ਰੁਪਈਆ ਬਣਾਇਆ ਸੀ ਉਹਨੇ ਸਾਊਦੀਆ ਦਾ ਰਿਆਲ ਜੀ ਮੁੜ ਕੇ ਜੱਸੀ ਹੁਣੀ ਭਰਾ ਵਿੱਚ ਪਏ ਹੋਰ ਭਰਾ ਵਿੱਚ ਪਏ ਆ ਅਤੇ 50,000 ਦੇ ਵਿੱਚ ਉਹਦੇ ਨਾਲ ਗੱਲ ਨਿਬੜੀ ਆ ਜੀ ਸਾਊਦੀਆ ਦਾ 50,000 ਰੁਪਈਆ ਇੰਡੀਆ ਦਾ 10,00,000 ਰੁਪਈਆ ਬਣਿਆ ਜੀ ਉਹਨੂੰ ਇਕੱਠੇ ਕਰਕੇ ਅਤੇ ਪੈਸੇ ਦਿੱਤੇ ਆ ਜੀ ਫਿਰ ਉੱਧਰੋਂ ਨਿਤਨਾਜਲ ਦਾ ਵਰਕਾ ਦਿੱਤਾ ਜੀ ਫਿਰ ਮੈਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕੀਤਾ ਗਿਆ ਪਰ ਜਿੰਨਾ ਚੱਕ ਪੁੱਤ ਸਾਂਸ ਨਹੀਂ ਬਣਦੇ ਉਹਨਾਂ ਚੱਕ ਬੱਚੇ ਗੱਡੀਆਂ 'ਤੇ ਨਾ ਚੜ੍ਹਨ ਉੱਥੇ ਕੋਈ ਨਹੀਂ ਪੁੱਛਦਾ ਪੁੱਤ ਕੋਈ ਨਹੀਂ ਪੁੱਛਦਾ ਪੁੱਤ ਮੇਰੀ ਆਹੀ ਬੇਨਤੀ ਆ ਬਹੁਤ ਚੜ੍ਹਦੀ ਕਲਾ ਰੱਖਣ ਜਿਨ੍ਹਾਂ ਨੇ ਮਦਦ ਦਿੱਤੀ ਆਪਦਾ ਬੱਚਾ ਚੁਕਾਇਆ ਬਹੁਤ ਧੰਨਵਾਦ ਆ ਮੈਂ ਸ਼ੁਕਰੀਆ ਕਰਦੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਡੇਲੀ ਕਬੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਵਰਜੋਤ ਸਿੰਘ ਅੱਜ ਮੋਗੇ ਦੇ ਪਿੰਡ ਧੱਲੇ ਕੇ ਪਹੁੰਚੇ ਹਾਂ ਜਿੱਥੇ ਕੁਛ ਮਹੀਨੇ ਪਹਿਲੇ ਇੱਕ ਮਾਂ ਨੇ ਮੰਗ ਕੀਤੀ ਸੀ ਆਪਣੇ ਪੁੱਤਰ ਦੀ ਜ਼ਿੰਦਗੀ ਦੀ ਉਹਨੇ ਕਿਹਾ ਸੀਗਾ ਵੀ ਮੇਰੇ ਪੁੱਤਰ ਨੂੰ ਇੱਕ ਹੋਰ ਜ਼ਿੰਦਗੀ ਮਿਲ ਜੇ ਸਾਊਦੀ ਅਰਬ 'ਚ ਉਹਦੇ 'ਤੇ ਕੇਸ ਪੈਂਦਾ ਐਕਸੀਡੈਂਟ ਕੇਸ ਪੈਂਦਾ ਉਸ ਤੋਂ ਬਾਅਦ ਉੱਥੇ ਦੀ ਪੁਲਿਸ ਉਸਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰੀ ਤੋਂ ਬਾਅਦ ਕਿੰਨੇ ਹੀ ਟਾਈਮ ਉੱਥੇ ਜੇਲ੍ਹ 'ਚ ਰਹਿੰਦਾ ਪਰ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪੂਰਾ ਪਿੰਡ ਇਸ ਸਮੇਂ ਖੁਸ਼ ਹੈ ਕਿਉਂਕਿ ਉਹ ਮੁੰਡਾ ਅੱਜ ਪਿੰਡ ਵਾਪਸ ਆਇਆ ਰਿਹਾਅ ਹੋ ਕੇ ਆਇਆ ਅਗਲੀ ਗੱਲ ਉਹਨਾਂ ਨਾਲ ਹੀ ਕਰਦੇ ਹਾਂ ਵੀ ਹੋਇਆ ਕੀ ਸੀ ਅਤੇ ਤੁਹਾਨੂੰ ਵੀ ਗੱਲ ਦੱਸ ਦਈਏ ਬਲੱਡ ਮਨੀ ਤੁਸੀਂ ਅਕਸਰ ਸੁਣਿਆ ਹੋਏਗਾ ਬਲੱਡ ਮਨੀ ਅਤੇ ਅੱਜ ਤੁਹਾਨੂੰ ਪਤਾ ਲੱਗ ਵੀ ਜਾਏਗਾ ਵੀ ਬਲੱਡ ਮਨੀ ਅਸਲ 'ਚ ਕਹਿੰਦੇ ਕਿਹਨੂੰ ਹੈ ਵੀ ਇਹ ਕਿੱਦਾਂ ਮੁੰਡਾ ਛੁੱਟਿਆ ਹੁਣ ਇਸ ਨਾਲ ਹੀ ਸੰਦੀਪ ਇਸ ਦਾ ਨਾਮ ਸੰਦੀਪ ਹੈ ਅਗਲੀ ਗੱਲ ਸੰਦੀਪ ਨਾਲ ਹੀ ਕਰਦੇ ਹਾਂ ਉਹਨਾਂ ਦੇ ਸੰਦੀਪ ਅਤੇ ਉਸਦੀ ਮਾਤਾ ਜੀ ਅਤੇ ਉਹ ਪਿੰਡ ਵਾਸੀਆਂ ਨਾਲ ਜਿਸਨੇ ਮਦਦ ਕੀਤੀ ਹੈ ਜਿਸਨੇ ਸੰਦੀਪ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੰਦੀਪ ਜੀ ਹੋਇਆ ਕੀ ਸੀ ਤੁਹਾਡੀ ਮਾਂ ਦੀਆਂ ਵੀਡੀਓਜ਼ ਬਹੁਤ ਵਾਇਰਲ ਹੋਈਆਂ ਸੀ ਜਦੋਂ ਉਹਨਾਂ ਨੇ ਹੱਥ 'ਚ ਫੋਟੋ ਫੜੀ ਹੋਈ ਸੀ ਤੁਹਾਡੀ ਜ਼ਿੰਦਗੀ ਦੀ ਮੰਗ ਕਰ ਰਹੇ ਸੀ ਅਸਲ 'ਚ ਉੱਥੇ ਹੁੰਦਾ ਕੀ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਬਾਈ ਜੀ ਮੈਂ ਇੰਡੀਆ ਤੋਂ ਗਿਆ ਸੀਗਾ ਗੱਡੀ 3 ਮਹੀਨੇ ਹੋ ਗਏ ਸੀ ਇੰਡੀਆ ਤੋਂ ਗਏ ਨੂੰ ਅਤੇ ਗੱਡੀ ਕੰਪਨੀ ਨੇ ਬਿਠਾ ਤਾ ਵੀ ਗੱਡੀ ਚਲਾੜਾ ਤੂੰ ਵੀ ਅਸੀਂ ਜ਼ਿੰਮੇਦਾਰ ਲਾਇਸੈਂਸ ਤੋਂ ਬਿਨਾਂ ਮੈਂ ਗੱਡੀ 'ਤੇ ਜੀ ਬੈਠ ਗਿਆ ਸੀਗਾ ਠੀਕ ਹੈ ਜੀ ਕੰਪਨੀ ਕਹਿੰਦੇ ਬਾਅਦ 'ਚ ਨੂੰ ਵੀ ਛੜਾ ਲਾਂਗੇ ਵੀ ਇੱਦਾਂ ਗੱਲਬਾਤ ਹੋਈ ਸੀਗੀ ਅਤੇ ਬਾਅਦ 'ਚੋਂ ਕਹਿੰਦੇ ਵੀ ਅੱਜ ਛੁਡਾਉਣੇ ਆ ਸਵੇਰੇ ਛੁਡਾਉਣੇ ਆ ਇਹਦੇ ਕਰਕੇ ਜੀ ਮੇਰੇ 4 ਸਾਲ ਲੰਘੇ ਜੀ ਠੀਕ ਹੈ ਜੀ ਮੇਰੀ ਕੋਈ ਮੁੜ ਕੇ ਮਦਦ ਨਹੀਂ ਹੋ ਰਹੀ ਸੀਗੀ ਅਤੇ ਮੁੜ ਕੇ ਸਾਰੇ ਭਰਾਵਾਂ ਨਾਲ ਮਿਲਿਆ ਜੀ ਅਤੇ ਨੇਕਰ ਗਰੁੱਪ ਨਾਲ ਜੀ ਠੀਕ ਹੈ ਜੀ ਉਹਨਾਂ ਭਰਾਵਾਂ ਨੇ ਮੇਰੀ ਬਾਂਹ ਫੜੀ ਆ ਅਤੇ 4 ਸਾਲਾਂ ਬਾਅਦ ਮੈਨੂੰ ਜੀ ਜੇਲ੍ਹ ਦੇ ਵਿੱਚੋਂ ਕਢਾਇਆ ਜੀ ਉਹਦੇ ਵਿੱਚ ਬਾਈ ਨਰੇਕ ਸਿੰਘ ਰਧਾਵਾ ਜੀ ਅਤੇ ਜੋ ਆਪਣਾ ਜੋ ਜਸਵਿੰਦਰ ਸਿੰਘ ਜੌਲ ਆ ਜੀ ਹਰਵੰਤ ਸਿੰਘ ਵਾਲੀਆ ਜੀ ਜੱਸੀ ਭਰਾ ਮੇਰਾ ਵੈਸ ਜੱਸੀ ਆ ਜੀ ਸੰਜੀਵ ਭਰਾ ਜੀ ਆ ਜੀ ਅਤੇ ਯਾਕੂ ਸਰਜ ਆ ਜੀ ਇਹਨਾਂ ਸਾਰਾ ਭਰਾਵਾਂ ਨੇ ਮਿਲ ਕੇ ਮੇਰੀ ਜੀ 4 ਸਾਲਾਂ ਬਾਅਦ ਮਦਦ ਕੀਤੀ ਆ ਜੀ ਅਤੇ ਇਹਨਾਂ ਨੂੰ ਪਤਾ ਲੱਗਿਆ ਜੀ ਇੰਡੀਆ ਦਾ ਮੁੰਡਾ ਸਰਦਾਰ ਫਸਿਆ ਜੀ ਇਹਦੇ ਕਰਕੇ ਇਹਨਾਂ ਨੇ ਪੈਸਿਆਂ ਦਾ ਪ੍ਰਬੰਧ ਕੀਤਾ ਬੜੀ ਜਲਦੀ ਨਾਲ ਅਤੇ ਮੈਨੂੰ ਬਾਹਰ ਕਢਵਾਇਆ ਜੀ ਇਹਨਾਂ ਦਾ ਮੈਂ ਸਾਰੇ ਗਰੁੱਪ ਵਾਲਿਆਂ ਦਾ ਜਿਹੜੇ ਵੀ ਭਰਾ ਮੇਰੇ ਪਿੰਡ ਦੇ ਵੀ ਜੁੜੇ ਹੋਏ ਆ ਨਾਲ ਜਿਹੜੇ ਹੋਰ ਭਰਾ ਮੇਰੇ ਗਰੁੱਪ ਦੇ ਨਾਲ ਜੁੜੇ ਹੋਏ ਆ ਉਹਨਾਂ ਭਰਾਵਾਂ ਦਾ ਵੀ ਮੈਂ ਧੰਨਵਾਦ ਕਰਦਾ ਅਤੇ ਸਤਿ ਸ਼੍ਰੀ ਅਕਾਲ ਬੁਲਾਉਣਾ ਭਰਾ ਜੀ ਬਲੱਡ ਮਨੀ ਅਸੀਂ ਬਹੁਤ ਸੁਣਿਆ ਬਲੱਡ ਮਨੀ ਸੁਣਦੇ ਹਾਂ ਬਲੱਡ ਮਨੀ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਸ਼ਾਇਦ ਬਲੱਡ ਮਨੀ ਕੀ ਹੈ ਤੁਸੀਂ ਬਲੱਡ ਮਨੀ ਦੇ ਕੇ ਆਏ ਹੋ ਜ਼ਰਾ ਦੱਸੋ ਵੀ ਹੋਇਆ ਕੀ ਫਿਰ ਸਾਹਮਣੀ ਪਾਰਟੀ ਨੂੰ ਪੈਸੇ ਦਿੱਤੇ ਕੀ ਚੱਕਰ ਕੀ ਸੀ
हाँ जी भाई फिर होया गल तबाक की हुई है भी वह कहता मैनू पैसे तुम 1,92,000 रुपया बनाया से उन्हें सऊदिया का रियाल जी मुड़ के जस्सी हुणी भरा पे होर भरा पे आ 50,000 के गल नबेड़ी है जी सऊदिया का 50,000 रुपया इंडिया का 10,00,000 रुपया बनया जी उन्हें कट्ठे करके तो पैसे दते आ जी फिर उधरों नितनाजल का बरका दिता जी फिर मैनू जेल जेल के रिहा किया गया जी यह भी गल होंगे भी असी जो एक नौजवान बाहर जाता है तो जरूर कंपनी कह दें कर दो कोई ना असं है बहुत लुक के भी काम करता है इनलीगल भी काम करता बहुत तरीके गैर कानूनी काम भी किए जाते हैं पर यह भी निकल सकता जो गल करिए अंत यह भी हो सकता हाँ जी भरा जी होर ठीक है जी मैं तो कहना भी जो भी तुम काम करना कितने बाहर अंदर जाने भरा जी लसेंस साहब का जरूर बना लो तो बिना लसेंस तो गड्डी देना चढ़ियो ठीक है जी मैं 4 साल बाद निकल के आया मैनू पता जी या महाराज नूं पता जी ठीक है भरा जी सत श्री अकाल माता जी मंग कर रहे से मुंडे की अज खुश हो भी हाँ मुंडा घर वापस आ गया वाहेगुरु का खालसा वाहेगुरु के फतेह पुत मेनू साथ बहुत दिता देसा परदेसा च सारे बजुर्गों ने पिंड ने बहरलिया ने बहुत सोग दिता मेनू बेचार ने बहुत धन्यवाद मैं शुक्रिया करती हूँ मेरी बहुत बेनती है वड्डी भी जिमें अपने काके की जिंदगानी बधाई आ महाराज तू सब की बधाई बहुत बाबा जी ने मेरी बांह फड़ी आ सच्चा पातशाह बिच बंदे दे वास्ते गुरु जी तुसी कृपा कीती आ चाचे जैला दा मुंडा गलवंत सिंह चाचा बंसा ओदा फौजी बेटे ने बहुत मदद कीती आ सारिया ने मैं देश परदेश भी पुत जस्सी सारे जाने की पुत ना महाराज जानता वा पुत सच्चा पातशाह ने बहुत मदद की उन्होंने महाराज बहुत तरक्या देवे सच्चा पातशाह पुत गां वास्ते पुत अपने बच्चे जा बढ़ते हैं आप घलते हैं गरीबी तौर पर भी चल घर बन जू जिंदगी बन जू पर जिन्ना चक पुत सांस नहीं बनते उन्ना चक बच्चे गड्डिया से ना चढ़न उत्थे कोई नहीं पुछदा पुत कोई नहीं पुछदा उत्थे पुत मेरी आही बेनती है बहुत चढ़ती कला रखन जिन्ना ने मदद दी आपका बच्चा छुड़ाया बहुत धन्यवाद मैं शुक्रिया करती सारे पिंड च बहर कनेडा च पुत सऊदी अरब सारा शुक्रिया करती हूँ सच्चा पातशाह मेरी आही बेनती है जो केस पिया सी एनएसएस लगता सी भी छुट के इदा आ जाएंगे देखो ये मुश्किल तो हैगा ही है लेकिन कानूनी एक प्रक्रिया से जिन्हें साडा याकूब खान जी ने जो इंडियन एम्बेसी के लॉयर ने तो उन्होंने क पूरी कानूनी प्रक्रिया साडी हेल्प की है और मुश्किल तो सीगा लेकिन सीगा दोनों पार्टियां का जिन्हों का सीगा अगे एक्सीडेंट होया उन्हां दा डैमेज ज़्यादा सीगा इस करके कोर्ट ने एक अमाउंट निर्धारित की 1,92,000 रियाल कि तुसी कॉम्प्रोमाइज अमाउंट सीगी बट पिछों उन्हां दी फैमिली तुहानूं पता ही है काफ़ी वो सीगे दे नहीं सकते सी ना क्योंकि विदेशों बंदा जांदा क्यों बच्चा क्यों अपनी आर्थिक स्थिति नूं सुधारन वास्ते और अपनी जो जीवनी है उन्हूं सही बना सके सो ये तो जाते 3 महीने तो बाद एक्सीडेंट होया एक्सीडेंट होने कारण फिर वो जेल च क्योंकि कंपनी ने भी कोई इस तरह का लिया नहीं मतलब कि कंपनी ने कोई हेल्प नहीं की तो जेल च जाने करके तो डिमांड ज़्यादा होने करके तो मुश्किल सीगा लेकिन फिर वो पार्टी चलो जम्मू कश्मीर पुंछ तो बिलोंग करती सी तो उन्होंने कॉम्प्रोमाइज़ किया मैं तो मेरे जस्सी वीर जी है हरनेक वीर जी हरनेक सिंह रंधावा हेल्पलाइन कनेडा के उन्होंने साढ़े तक पहुँच के असं उन्होंने विंग के सऊदी विंग के असं अगे जो भी है कार्रवाई करते हैं सो असं उन्होंने इनिशिएटिव लैके फिर अगली पार्टी ने गलबात की 50,000 रियाल सऊदी रियाल के उन्होंने डील डन की तो बाकी अपने जसविंदर वीर जी जो होनी है कैनेडा तो उन्होंने 1 महीने के सारी अमाउंट कट्ठी करके तो उन्होंने अकाउंट के पाई तो आप जिस अपने संदीप वीर जी को रिहा करने सफल रहे जो जेल चीज़ क्या 4 साल कट्टे आ सोचे भी पिंड वासियों एक दिन इदा बैठा होवगा दोबारा भी उन्होंने को जावगा अपनी माँ को इदा बैठागा सोचे उदो नहीं जी इन गल एक बार तो बंदा सोचना बंद कर देता बंद जिंदगी ए लगता भी हूँ इदा ही बीतनी हाँ जी हाँ जी हाँ जी ये बारे मैं कुछ नहीं गा जी पता नहीं भी जिंदगी जाना कि नहीं जाना गा क्यों किसी को पहुँचता ही कोई कहता मैं 7 साल हो गए कोई कहता जी 8 साल हो गए भी कोई सुनाई नहीं हो रही थी ठीक है जी तो ये करके मैं घाबर जाता मैं इन्ना इन्ना चिर हो गया वा सारे तो चलो मेरे भरावान ने नाल रल के इन्होंने तो मदद की है मैंने बाहर कढ़ाया वा ठीक है जी महीने पैसों का प्रबंध कर लिया तो सारा जिमें जिमें पिंड पता लगे जी पिंड ने साथ दिता वा तो होर जिन्हें भी भरा जुड़े से ग्रुप के नाल उन्होंने भी भरावान ने साथ दिता जिन्हें कनेडा दुबई जिन्हें भी सके सारे भरावान ने बई जी साथ दिता सारे भरावान सत श्री अकाल कहना जी वाहेगुरू जी का खालसा जी तो वाहेगुरू फतेह जी
ਅੱਜ ਕੱਲ ਤਾਂ ਰਿਸ਼ਤੇਦਾਰ ਹੋ ਗਏ ਆਪਣੇ ਨਹੀਂ ਖੜਦੇ ਪੂਰਾ ਪਿੰਡ ਨੌਜਵਾਨ ਵਾਸਤੇ ਖੜ ਗਿਆ। ਹਾਂਜੀ ਹਾਂਜੀ ਸਾਰੇ ਪਿੰਡ ਨੇ ਮਦਦ ਕੀਤੀ ਜੀ। NI ਵੀਰਾਂ ਨੇ ਜਿੰਨੇ ਵੀ ਬੱਚੇ ਸਾਡੇ ਬਾਹਰ ਸੀ ਮੰਡੀਲਾ 'ਚੋਂ ਵੀ ਪੈਸੇ ਪਹੁੰਚੇ ਜੀ ਸਾਨੂੰ। ਜਿੰਨੇ ਵੀ ਲੋਕਾਂ ਨੇ ਵੱਧ ਤੋਂ ਵੱਧ ਸਾਥ ਦਿੱਤਾ ਇੱਕ ਮਹੀਨੇ ਦੇ ਵਿੱਚ ਸਾਰੇ ਰੁਪਈਏ ਇਕੱਠੇ ਕਰਕੇ ਆਪਾਂ ਉਹਨਾਂ ਨੂੰ ਚੈੱਕ ਦਿੱਤਾ ਜੀ ਕਸ਼ਮੀਰ ਵਾਲਿਆਂ ਨੂੰ। ਪਰ ਉਹ ਬਹੁਤ ਚੰਗੇ ਰਹੇ ਬੰਦੇ, ਉਹ ਵੀ ਕੋਈ ਦੂਜੀ ਉਹਨਾਂ ਨੇ ਗੱਲ ਨਹੀਂ ਕੀਤੀ। ਬਹੁਤ ਖੁਸ਼ ਹੋਏ, ਚੈੱਕ ਲੈ ਕੇ ਉੱਠ ਗਏ। ਉਹਨਾਂ ਨੇ ਮੁੰਡੇ ਨੂੰ ਫੋਨ ਕਰਤਾ ਉੱਥੇ ਜੀ, ਉਹਨੇ ਕਹਿਤਾ ਵੀ ਠੀਕ ਆ ਪੈਸੇ ਆ ਗਏ ਆ ਅਤੇ ਬਿਆਨ ਦੇ ਆਪਣੇ ਹੱਕ 'ਚ ਮੁੰਡਾ ਫਾਰ ਕਰਤਾ। ਪਰ ਆਇਆ ਬਹੁਤ ਲੇਟ ਆ ਜੀ, 4 ਸਾਲ ਫਿਰ ਵੀ ਲੱਗ ਗਏ ਅੰਦਰ ਬਿਨਾਂ ਲਾਇਸੈਂਸ ਤੋਂ। ਕਿਸੇ ਬੰਦੇ ਨੂੰ ਉੱਥੇ ਟਰੱਕ 'ਤੇ ਨਹੀਂ ਚੜ੍ਹਨਾ ਚਾਹੀਦਾ, ਨੁਕਸਾਨ ਆ। ਅੰਗ ਦਾ ਅੰਗ ਕੱਟਣ ਦਾ ਆਰਡਰ ਕਰਤਾ ਸੀ ਜੀ, ਲੱਤ ਦੀ ਲੱਤ ਇਹਦੀ ਕੱਟ ਦੇਣੀ ਸੀ। ਜੇਕਰ ਨਾ ਇੱਥੇ ਪੈਸਿਆਂ ਦਾ ਇੰਤਜ਼ਾਮ ਕੋਈ ਬਣਦਾ ਤਾਂ ਠੀਕ ਹੈ ਜੀ ਭਾਈ। ਅੱਛਾ, ਜਿਵੇਂ ਸਾਊਦੀ ਅਰੇਬੀਆ ਅਸੀਂ ਵੀ ਸੁਣਿਆ ਇਹਨਾਂ ਮੁਲਕਾਂ 'ਚ ਜੇ ਬੰਦੇ ਨੇ ਜੋ ਗੁਨਾਹ ਕੀਤਾ ਬਰਾਬਰ ਉਸਦੀ ਸਜ਼ਾ ਹੁੰਦੀ ਹੈ? ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਅੰਗ ਦਾ ਅੰਗ ਨਹੀਂ ਹੁੰਦਾ। ਹਾਂ ਹੁੰਦਾ ਹੈ ਖੂਨ ਦੇ ਬਲੱਡ ਦੇ ਬਲੇ ਬਲੱਡ ਜੇ ਤੁਸੀਂ ਕਤਲ ਕੀਤਾ ਔਰ ਉਹ ਪ੍ਰਮਾਣਿਤ ਹੋ ਜਾਂਦਾ ਕਿ ਤੁਸੀਂ ਤੁਹਾਡੀ ਮੰਸ਼ਾ ਸੀਗੀ, ਤੁਸੀਂ ਪੂਰੀ ਪ੍ਰੋਪਰ ਮੰਸ਼ਾ ਦੇ ਨਾਲ ਤੁਸੀਂ ਕਿਸੇ ਦਾ ਕਤਲ ਕੀਤਾ। ਸੋ ਉਹਦੇ ਵਿੱਚ ਹੁੰਦਾ ਹੈ ਕਿ ਗੌਰਮੈਂਟ ਦਾ ਜਿਹੜਾ ਉੱਥੇ ਦਾ ਕਾਨੂੰਨ ਹੈ ਉਹ ਇਹ ਕਹਿੰਦਾ ਕਿ ਬਲੱਡ ਦੇ ਬਦਲੇ ਬਲੱਡ ਹੈ। ਲੇਕਿਨ ਅਗਰ ਚਲੋ ਕੁਛ ਕੰਪਰੋਮਾਈਜ਼ ਹੋ ਜਾਂਦਾ, ਅਗਲੀ ਪਾਰਟੀ ਕਰਦੀ ਹੈ, ਤਾਂ ਉਹਦੀ ਇੱਕ ਮਨੀ ਜਿਹੜੀ ਬਲੱਡ ਮਨੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹਾਂਜੀ, ਬਟ ਇਹ ਹੈ ਕਿ ਅੰਗ ਦੇ ਬਦਲੇ ਅੰਗ ਇਸ ਤਰ੍ਹਾਂ ਦਾ ਨਹੀਂ ਹੈ। ਉਹ ਇੱਕ ਐਕਸੀਡੈਂਟ ਹੈ ਨਾ, ਰੋਡ ਦੇ ਉੱਤੇ ਐਕਸੀਡੈਂਟ ਹੋਇਆ ਸੀਗਾ। ਐਕਸੀਡੈਂਟ ਦੇ ਵਿੱਚ ਉਹ ਜਿਹੜੀ ਦੂਸਰੀ ਪਾਰਟੀ ਜਿਹਦਾ ਐਕਸੀਡੈਂਟ ਹੋਇਆ ਸੀਗਾ ਮਹਿਬੂਬ ਦਾ, ਉਹਦਾ ਡੈਮੇਜ ਜ਼ਿਆਦਾ ਹੋ ਗਿਆ ਸੀਗਾ, ਡੈਮੇਜ ਜ਼ਿਆਦਾ, ਲੱਤ ਕੱਟੀ ਗਈ ਸੀਗੀ, ਦੂਸਰੀ ਲੱਤ ਚਰਾੜ ਸੀ, ਮਤਲਬ ਕਿ ਉਹ ਲਾਈਫ ਪਰ ਪੂਰੀ ਜ਼ਿੰਦਗੀ ਕੁਛ ਨਹੀਂ ਕਰਨ ਦੇ ਕਾਬਲ ਸੀਗਾ। ਸੋ ਇੱਕ ਗਵਰਨਮੈਂਟ ਨੇ 1,92,000 ਰਿਆਲ ਸੀ ਜਿਹੜੀ ਅਮਾਊਂਟ ਡਿਸਾਈਡ ਕਰਤੀ ਸੀਗੀ ਔਰ ਉਹ ਸਾਨੂੰ ਦੇਣੀ ਔਖੀ ਸੀਗੀ, ਲੇਕਿਨ ਜ਼ਿਆਦਾ ਸੀਗੀ। ਲੇਕਿਨ ਚਲੋ ਉਹਨਾਂ ਨੇ ਕੰਪਰੋਮਾਈਜ਼ ਕਰਕੇ ਅਸੀਂ 50,000 ਰਿਆਲ ਦਿੱਤਾ। ਸੋ ਇਹ ਗਲਤ ਹੈ ਕਿ ਅੰਗ ਦੇ ਬਦਲੇ ਅੰਗ ਇਸ ਤਰ੍ਹਾਂ ਨਹੀਂ ਹੈ। ਪੂਰੀ ਤੁਸੀਂ ਮੰਸ਼ਾ ਦੇ ਨਾਲ ਅਗਰ ਤੁਸੀਂ ਕਤਲ ਕਰ ਰਹੇ ਹੋ ਤਾਂ ਉਹ ਹੈ ਉੱਥੇ ਦਾ ਕਾਨੂੰਨ ਹੈ ਕਿ ਉਹ ਖੂਨ ਦੇ ਬਦਲੇ ਖੂਨ ਤੁਹਾਡਾ ਹੋਏਗਾ। ਇਸ ਤਰ੍ਹਾਂ ਸਿਸਟਮ ਜੇਲ੍ਹ 'ਚ ਉੱਥੇ ਸੀਗੇ, ਕਿਉਂਕਿ ਕਿੱਦਾਂ ਦਾ ਮਾਹੌਲ ਸੀਗਾ? ਹੁਣ ਜਿਹੜੇ ਦਰਸ਼ਕ ਸੁਣ ਰਹੇ ਹੋਣਗੇ ਉਹ ਵੀ ਇਹ ਸੁਣਨਾ ਚਾਹੁੰਦੇ ਹੋਣਗੇ ਵੀ ਕਿੱਦਾਂ ਦੇ ਮਾਹੌਲ 'ਚ ਤੁਸੀਂ ਉੱਥੇ ਰਹੇ ਹੋ? 4 ਸਾਲ ਕੱਟੇ ਨੇ, 4 ਸਾਲ ਬਿਤਾਏ ਨੇ, ਸਵੇਰੇ ਜਾਗਦੇ ਸੀ, ਰਾਤੀ ਸੌਂਦੇ ਸੀ, ਕਿਉਂਕਿ ਆਮ ਤਾਂ ਅਸੀਂ ਜਦੋਂ ਘਰੇ ਹੁੰਦੇ ਹਾਂ ਸਾਡੇ ਕੋਲ ਸਭ ਕੁਝ ਫੈਸਿਲਿਟੀਜ਼ ਹੁੰਦੀਆਂ, ਫੋਨ ਹੁੰਦਾ, TV ਹੁੰਦਾ, ਸਭ ਕੁਝ ਹੁੰਦਾ। ਉੱਥੇ ਕਿੱਦਾਂ 4 ਸਾਲ ਆਪਣੇ ਜ਼ਿੰਦਗੀ ਦੇ ਤੁਸੀਂ ਕਿੱਦਾਂ ਬਿਤਾਏ? ਸਵੇਰੇ ਉੱਠਦੇ ਸੀ, ਰਾਤ ਨੂੰ ਸੌਂਦੇ ਸੀ, ਕੀ ਕੀਤਾ ਉੱਥੇ? ਇੱਦਾਂ ਹੀ ਜੇਲ੍ਹ ਦੇ ਵਿੱਚ ਸੀਗਾ। ਚਲੋ ਆਪਦੇ ਨਾਂ ਲੈਂਦੇ ਮਹਾਰਾਜ ਦਾ ਚੇਤੇ ਕਰਦਾ ਸੀ ਸੁਬਾਹ ਸਵੇਰੇ, ਚਲੋ ਮਹਾਰਾਜ ਮੇਰੇ ਵੀ ਸੁਣੂਗਾ ਕਿਤੇ। ਅਤੇ ਇਹ ਜਿਹੜੇ ਮੁੰਡੇ ਨਾਲ ਸੀਗੇ ਉਹ ਕਹਿੰਦੇ ਕੋਈ 5 ਸਾਲ ਹੋ ਗਿਆ, ਕੋਈ 6 ਸਾਲ ਆ, ਅਤੇ ਇੱਦਾਂ ਹੀ ਜੀ ਦਿਨ ਹੌਲੀ ਹੌਲੀ ਕੱਟਦੇ ਮੁੰਡੇ ਯਾਰ ਮਿੱਤਰ ਬਣ ਗਏ ਜੇਲ੍ਹ ਦੇ ਵਿੱਚ, ਅਤੇ ਇੱਦਾਂ ਕਰਕੇ ਜੀ ਟਾਈਮ ਪਾਸ ਹੁੰਦਾ ਰਿਹਾ। ਉੱਥੇ ਕਬੀਨਾ ਉਹਨਾਂ ਦਾ ਦਿੱਤਾ ਹੋਇਆ ਸੀ, ਫੋਨ ਇੱਕ ਕੰਧ ਦੇ ਵਿੱਚ, ਅਤੇ ਉਹ ਤੋਂ ਬੰਦਾ ਘਰ ਆਪਣੇ ਫੋਨ ਕਰ ਸਕਦਾ ਸੀਗਾ ਜੀ। ਠੀਕ ਆ ਜੀ, ਹੋਰ ਉਹਨਾਂ ਨੇ ਆਪਣਾ ਜੋ ਵੀ ਆ ਬਣਦਾ ਵਾ ਜੇਲ੍ਹ ਦਾ ਕਾਰੋਬਾਰ ਉਹ ਸਾਰਾ ਕੁਛ ਦਿੱਤਾ ਹੋਇਆ ਜੀ, ਚਾਰ ਪਾਈ ਕੰਬਲ ਸਾਰਾ ਕੁਛ ਅਤੇ ਦਿੱਤਾ ਹੋਇਆ ਸੀਗਾ। ਗੌਰਮੈਂਟ ਦੇ ਹਰ ਮਹੀਨੇ ਦੀ ਮਹੀਨੇ ਆਦਮੀ ਨੂੰ 150 ਰੁਪਈਆ ਜੀ ਉਹ ਦਿੰਦੇ ਆ ਵੀ ਕੱਪੜੇ ਆਪਦੇ ਸਾਬਣ ਲੈਣ ਵਾਸਤੇ, ਨਹਾਉਣ ਵਾਸਤੇ, ਸਾਰਾ ਜੋ ਵੀ ਆ ਪ੍ਰਬੰਧ। ਇੱਦਾਂ ਨਹੀਂ ਵੀ ਕੋਈ ਵੀ ਸਿੱਟਦੇ ਆ, ਕੋਈ ਦੇਖਭਾਲ ਆਦਮੀ ਜੇਲ੍ਹ ਦੇ ਵਿੱਚ ਵੀ ਤੁਸੀਂ ਕਰਨ ਚੰਗੀ ਰਿਕੁਐਸਟ ਕਰ ਰਹੇ ਆ। ਠੀਕ ਹੈ ਜੀ, ਆਹੀ ਸਤਿ ਸ਼੍ਰੀ ਅਕਾਲ। ਸੋ ਜਿਵੇਂ ਕਿ ਹੋਰ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਲੈਂਦੇ ਹਾਂ, ਅੱਜ ਬੈਠਾ ਮੁੰਡਾ ਵਿੱਚ, ਖੁਸ਼ੀ ਹੋ ਰਹੀ ਆ ਪੂਰੀ? ਖੁਸ਼ੀ ਪੂਰੀ ਆ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਖੁਸ਼ੀ ਆ, ਬੱਚਾ ਘਰੇ ਆਇਆ ਹੈਗਾ। ਮੇਰਾ ਬੇਟਾ ਹਰਬੰਤ ਸਿੰਘ ਵਾਲੀਆ, ਉਹਦਾ ਛੋਟਾ ਨਾਂ ਚਿੰਕੂ ਆ ਜੀ। ਉਹਦੇ ਬੱਚੇ ਦੀ ਲੋਹੜੀ ਸੀਗੀ ਅਤੇ ਇਹਦੀ ਮਾਤਾ ਸੰਦੀਪ ਦੀ, ਜਿਹੜਾ ਮੁੰਡਾ ਬਾਹਰ ਆਇਆ ਇੱਥੇ ਆਇਆ ਡਿਆ, ਇਹ ਆਈ ਸੀਗੀ। ਉਹਨੇ ਪੁੱਛਿਆ ਮਾਤਾ ਉਹ ਸੰਦੀਪ ਦਾ ਕੀ ਹਾਲ ਆ? ਉਹ ਵਿਚਾਰੀ ਰੋਣ ਲੱਗ ਗਈ, ਉੱਚੀ ਉੱਚੀ ਧਾਹਾਂ ਮਾਰਨ ਲੱਗ ਗਈ, ਮੇਰਾ ਮੁੰਡਾ ਤਾਂ ਉੱਥੇ ਜੇਲ੍ਹ 'ਚ ਆ। ਉਹਨੇ ਫਿਰ ਹਰਨੇਕ ਰੰਧਾਵਾ ਨਾਲ ਕੰਸਰਨ ਕੀਤਾ। ਹਰਨੇਕ ਰੰਧਾਵਾ ਹੁਣਾਂ ਨੇ ਬਹੁਤ ਮਿਹਰਬਾਨੀ ਕੀਤੀ, ਜਸਵਿੰਦਰ ਜੌਲਾ ਬੱਚਾ ਸਾਡਾ ਉੱਥੇ ਕਨੇਡਾ 'ਚ, ਸਾਬਕਾ ਸਰਪੰਚ ਸਰਾਬ ਪਾਲਾ ਸਿੰਘ ਦਾ ਪੋਤਰਾ, ਉਹਨੇ ਵਿਚਾਰੇ ਨੇ ਪੈਸਾ ਇਕੱਠਾ ਕੀਤਾ, ਭੇਜਿਆ। ਜੰਮੂ ਕਸ਼ਮੀਰ 'ਚੋਂ ਬੰਦੇ ਆਏ ਸਾਡੇ ਕੋਲ, ਰਹੇ 2 ਦਿਨ ਉਹ, ਫਿਰ ਉਹਨਾਂ ਨੂੰ ਪੈਸੇ ਦਿੱਤੇ। ਉਹਨਾਂ ਤੋਂ ਉਹਨਾਂ ਨੇ ਆਪਦੇ ਬੇਟੇ ਨੂੰ ਕਿਹਾ ਵੀ ਸਾਨੂੰ ਪੈਸੇ ਮਿਲ ਗਏ ਆ। ਬੇਟੇ ਨੇ ਅਦਾਲਤ 'ਚ ਕਿਹਾ ਵੀ ਸਾਨੂੰ ਜੀ ਬਲੱਡ ਮਨੀ ਮਿਲ ਗਈ ਆ ਅਤੇ ਇਹਨਾਂ ਨੂੰ ਛੱਡ ਦਿੱਤਾ ਜਾਵੇ। ਫਿਰ ਵੀ ਇਹ ਉਦੋਂ ਬਾਅਦ 6-7 ਮਹੀਨੇ ਹੋ ਗਏ ਇਸ ਗੱਲ ਨੂੰ, ਫਿਰ ਵੀ ਹੁਣ ਆਇਆ ਇਹ। ਸਾਨੂੰ ਸਾਰੇ ਡੱਗਰ ਵਾਸੀਆਂ ਨੂੰ, ਪਿੰਡ ਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੋਈ। ਬਹੁਤ ਬਹੁਤ ਧੰਨਵਾਦ ਤੁਹਾਡਾ, ਮੀਡੀਆ ਦਾ, ਸਾਰੇ ਭਰਾਵਾਂ ਦਾ। ਤੁਸੀਂ ਐਡੀ ਖੇਚਲ ਕੀਤੀ, ਇੱਥੇ ਆਏ ਉਸ ਨਗਰ 'ਚ, ਬਹੁਤ ਮਿਹਰਬਾਨੀ ਤੁਹਾਡੀ। ਬਲੱਡ ਮਨੀ ਦੇਣ ਤੋਂ ਕਿੰਨੀ ਦੇਰ ਬਾਅਦ ਛੁੱਟੇ ਆ? ਕਿਉਂਕਿ ਕਹਿ ਰਹੇ ਕਾਫੀ ਟਾਈਮ ਲੱਗ ਗਿਆ, ਕਿੰਨਾ ਕੁ ਸਮੇਂ ਲੱਗਿਆ? ਉਹ ਜੀ 6 ਮਹੀਨੇ ਲੱਗ ਗਏ ਆ। ਉੱਧਰਲੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਪੈਂਦਾ, ਕਾਗਜ਼ ਪੱਤਰਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਜੀ। ਅੱਜ ਫਾਈਲ ਉੱਥੇ ਗਈ ਆ ਜੀ, ਕੱਲ੍ਹ ਨੂੰ ਹੋਰ ਕਿਤੇ ਜਾਂਦੀ ਆ, ਇੱਦਾਂ ਉਹ ਹਿਸਾਬ ਨਾਲ ਜੀ ਉਹਨਾਂ ਨੇ ਟਾਈਮ ਲਾਇਆ ਵਾ।
ਉਹਦੇ 'ਚ ਤਾਂ ਕੋਈ ਨਹੀਂ ਗੱਲ ਵੀ ਠੀਕ ਹੈ ਜੀ, ਵਕੀਲ ਸੀਗਾ ਜਾਂਦਾ ਸੀਗਾ, ਫਾਈਲ ਲੈ ਕੇ ਜਮ੍ਹਾਂ ਕਰਾਉਣੀ ਪੈਂਦੀ ਆ ਜੀ, ਉਹਦੇ ਛੁੱਟੀਆਂ ਬਾਹਲੀਆਂ ਆਉਂਦੀਆਂ ਜੀ, ਸ਼ੁੱਕਰ ਸ਼ਨੀ ਐਤਵਾਰ ਦੀਆਂ ਜੀ ਛੁੱਟੀਆਂ ਵਿੱਚ ਆ ਜਾਂਦੀਆਂ ਵਾ, ਅਤੇ ਕੰਮ ਆਉਂਦਾ ਉੱਥੇ 3 ਦਿਨ ਜਾਂ ਵੱਧ ਤੋਂ ਵੱਧ 4 ਦਿਨ ਹੁੰਦਾ ਜੀ, ਇਹਦੇ ਕਰਕੇ ਜੀ ਉੱਥੇ ਥੋੜ੍ਹਾ ਟਾਈਮ ਲੱਗ ਗਿਆ ਵਾ। ਹੋਰ ਠੀਕ ਠਾਕ ਹੈ ਜੀ, ਵਧੀਆ, ਸਤਿ ਸ਼੍ਰੀ ਅਕਾਲ। ਤੜਫ ਰਹੇ ਸੀਗੇ ਕਿਉਂਕਿ ਜੇਲ੍ਹ 'ਚ ਬੰਦ ਹੈ ਪੁੱਤਰ, ਔਰ ਮਾਂ ਹੀ ਜਾਣਦੀ ਉਹ ਦਿਲ 'ਤੇ ਕੀ ਬੀਤਦੀ ਹੈ, ਜਿਹਦੇ ਵਿੱਚ ਇੱਕ ਇਹ ਸੋਸ਼ਲ ਮੀਡੀਆ ਰਾਹੀਂ ਵੀਡੀਓ ਬਣ ਕੇ ਹਰਨੇਕ ਰੰਧਾਵਾ ਹੈਲਪ ਲਾਈਨ ਗਰੁੱਪ ਜਿਹੜੀ ਕੈਨੇਡਾ ਦੇ ਵਿੱਚ ਬੜੀ ਵੱਡੇ ਪੱਧਰ 'ਤੇ ਚੱਲਦੀ ਹੈ, ਔਰ ਇਸ ਤਰ੍ਹਾਂ ਦੇ ਜੇਲ੍ਹਾਂ ਦੇ ਵਿੱਚ ਫਸੇ ਹੋਏ ਨੌਜਵਾਨਾਂ ਲਈ ਉਹ ਆਸਰਾ ਬਣਦੀ ਹੈ, ਉਹਨਾਂ ਨੂੰ ਝੂਠੇ ਕਿੱਸਾਂ 'ਚੋਂ ਕੱਢ ਕੇ ਪਰਿਵਾਰਾਂ ਨਾਲ ਮਿਲਾਉਂਦੀ ਹੈ, ਜਿਹਦੇ ਵਿੱਚ ਉਹਨਾਂ ਕੋਲ ਇਹ ਫਰਿਆਦ ਇਹ ਮਾਤਾ ਦੀ ਪਹੁੰਚੀ, ਔਰ ਉਹਨਾਂ ਨੇ ਆਪਦੇ ਸਿਸਟਮ ਰਾਹੀਂ ਜੋ ਵੀ ਉਹਨਾਂ ਦਾ ਹੈਲਪਲਾਈਨ ਚੱਲਦੀ ਉਹਦੇ ਰਾਹੀਂ ਇਹ ਆਵਾਜ਼ ਨੂੰ ਹੋਰ ਬੁਲੰਦ ਕੀਤਾ, ਔਰ ਇਸ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੋਇਆ, ਵੀ ਮੀਡੀਆ ਨੇ ਆ ਕੇ ਕਵਰੇਜ ਕੀਤੀ, ਸਟੋਰੀ ਕੀਤੀ, ਜਿਹਦੇ ਵਿੱਚ ਸਾਡੇ ਪਿੰਡ ਦੇ ਹੀ ਜਸਵਿੰਦਰ ਸਿੰਘ ਜੌਲ ਜਿਹੜੇ ਕਿ ਕੈਨੇਡਾ ਦੇ ਵਿੱਚ ਹੈ, ਉਹ ਇਹ ਟੀਮ ਦੇ ਪੂਰੀ ਦੇ ਮੂਵਮੈਂਟ ਦੇ ਲੀਡਰ ਬਣੇ, ਔਰ ਪਿੰਡ ਦੇ ਨੌਜਵਾਨ NRI ਮੇਰੇ ਕੋਲ ਲਿਸਟ ਬੜੀ ਲੰਮੀ ਹੈ ਵੀ ਪਿੰਡ ਦੇ ਨੌਜਵਾਨ NRI ਵੀਰਾਂ ਨੇ ਥੋੜ੍ਹੇ 'ਚੋਂ ਥੋੜ੍ਹਾ ਬਹੁਤੇ 'ਚੋਂ ਬਹੁਤਾ ਆਪਦੇ ਵੱਲੋਂ ਯੋਗਦਾਨ ਪਾਇਆ, ਔਰ ਇਸ ਸੰਦੀਪ ਸਿੰਘ ਨੌਜਵਾਨ ਦੀ ਬਲੱਡ ਮਨੀ ਭਰੀ, ਜਿਹਦੀ ਕਿ ਇਹਦੇ ਰਿਹਾਈ ਦੇ ਆਸਾਰ ਖੁੱਲ੍ਹੇ, ਜਿਹਦੇ ਵਿੱਚ ਯਕੂਬ ਖਾਨ ਵਕੀਲ ਬਣਿਆ, ਔਰ ਇਹਦੇ ਵਿੱਚ ਹਰਨੇਕ ਰੰਧਾਵਾ ਗਰੁੱਪ ਦੇ ਬਹੁਤ ਹੀ ਵਧੀਆ ਲੀਡਰ ਔਰ ਬਹੁਤ ਹੀ ਵਧੀਆ ਵਰਕਰ ਜੱਸੀ ਵੈਂਸ, ਸੰਜੀਵ ਰਮਨ, ਔਰ ਹੋਰ ਵੀ ਮੈਂ ਵਾਰ ਵਾਰ ਕਹਿ ਰਿਹਾ ਲਿਸਟ ਬੜੀ ਲੰਮੀ ਆ, ਵੀ ਇਸ ਤਰ੍ਹਾਂ ਦੇ ਹੋਰ ਬਹੁਤ ਵੱਡੇ ਪੱਧਰ ਦੇ ਉੱਤੇ ਨੌਜਵਾਨਾਂ ਨੇ ਸਾਥ ਦਿੱਤਾ, ਔਰ ਇਹਦੀ ਰਿਹਾਈ ਜਿਹੜੀ ਹੋਈ ਕਿ ਅੱਜ ਇਹ ਸੰਦੀਪ ਸਿੰਘ ਆਪਣੇ ਵਿੱਚ ਇਹ ਪਰਿਵਾਰ ਦੇ ਵਿੱਚ ਆਇਆ, ਇਹਦੇ ਵਿੱਚ ਬਹੁਤ ਵੱਡੇ ਯੋਗਦਾਨ ਨੇ ਮੀਡੀਆ ਦੇ, ਇਹਦੇ ਵਿੱਚ ਬਹੁਤ ਵੱਡੇ ਯੋਗਦਾਨ ਨੇ ਪਿੰਡ ਦੇ NRI ਵੀਰਾਂ ਦੇ, ਇਹਦੇ ਵਿੱਚ ਬਹੁਤ ਵੱਡੇ ਯੋਗਦਾਨ ਨੇ ਹਰਨੇਕ ਰੰਧਾਵਾ ਗਰੁੱਪ ਦੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ। ਸੋ ਇਸ ਵਿਅਕਤੀ ਦੀ ਤੁਹਾਨੂੰ ਜ਼ਿੰਦਗੀ ਸੁਣਾਈ ਹੈ, ਸੰਦੀਪ ਨੇ ਜੋ ਉੱਥੇ ਬਿਠਾਇਆ, ਜੋ 4 ਸਾਲ ਉੱਥੇ ਜੇਲ੍ਹ 'ਚ ਰਿਹਾ, ਪਰ ਅੱਜ ਆਪਣੀ ਫੈਮਿਲੀ ਨਾਲ ਬੈਠਾ, ਆਪਣੇ ਪਿੰਡ ਵਾਸੀਆਂ ਨਾਲ ਬੈਠਾ, ਜਿਨ੍ਹਾਂ ਨੇ ਜੇਲ੍ਹ 'ਚੋਂ ਬਾਹਰ ਕੱਢਿਆ ਉਹਨਾਂ ਨਾਲ ਬੈਠਾ। ਸੋ ਇਹ ਸੀਗੀ ਅੱਜ ਦੀ ਖਬਰ, ਵਧੇਰੀ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।